ਪੰਜਾਬ ਦੇ ਮਾਨਸਾ ਵਿੱਚ ਅੱਜ 20 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਪੰਜਾਬ ਦੇ ਰੈਵਨਿਊ ਤੇ ਊਰਜਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ। ਮਜੀਠੀਆ ਨੇ ਕਿਹਾ ਕਿ ਸੋਲਰ ਊਰਜਾ ਦੇ ਨਾਲ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ, ਇਸ ਨਾਲ ਪ੍ਰਦੂਸ਼ਣ ਤੋਂ ਵੀ ਬਚਾ ਰਹੇਗਾ। ਉਦੋਂ ਪੰਜਾਬ 'ਚ ਕੇਵਲ ਤੇ ਕੇਵਲ ਮੈਂ ਗੱਲ ਪੁੱਛੀ ਕਿ ਜੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਸੋਲਰ ਪਾਵਰ ਪਲਾਂਟ ਲੱਗ ਸਕਦੇ ਆ ਤੇ ਪੰਜਾਬ 'ਚ ਸੋਲਰ ਪਾਵਰ ਪਲਾਂਟ ਕਿਉਂ ਨਹੀਂ ਲੱਗਦੇ? ਤੇ ਮੈਨੂੰ ਜਿੰਨੇ ਵੀ ਆਲਾ ਅਧਿਕਾਰੀ ਮਹਿਕਮੇ ਦੇ ਉਹ ਮੈਨੂੰ ਕਹਿੰਦੇ ਕਿ ਇਹਦੀ ਜ਼ਮੀਨ ਬੜੀ ਕੀਮਤੀ ਹੈ ਤੇ 7000। ਦੂਜੇ ਪਾਸੇ ਇਸ ਪਾਵਰ ਪਲਾਂਟ ਨੂੰ ਜ਼ਮੀਨ ਦੇਣ ਵਾਲੇ ਕਿਸਾਨਾਂ ਦੀ ਤਾਂ ਸਮਝੋ ਪੈਨਸ਼ਨ ਲੱਗ ਗਈ ਹੈ। ਕਿਸਾਨ ਬਹੁਤ ਖੁਸ਼ ਨੇ ਕਿਉਂਕਿ ਹਰ ਸਾਲ ਕਿਸਾਨਾਂ ਨੂੰ ਮਿਲਣ ਵਾਲਾ ਠੇਕਾ 5% ਪ੍ਰਤੀ ਸਾਲ ਵਧੋਤਰੀ ਹੋਵੇਗੀ ਅਤੇ ਨਾ ਹੀ ਬਾਰਿਸ਼ ਦੀ ਚਿੰਤਾ ਤੇ ਨਾ ਹੀ ਫਸਲ ਦੇ ਭਾਅ ਦੀ ਚਿੰਤਾ ਰਹੇਗੀ। ਸਾਡੀ ਤੇ ਸਾਡੇ ਪਰਿਵਾਰ ਦੀ 18 ਏਕੜ ਤਕਰੀਬਨ ਜ਼ਮੀਨ ਹੈ ਜੀ। ਸਾਡੀ ਜ਼ਮੀਨ ਜੋ ਕਿ ਰੇਸਲੀ ਸੀ, ਆਮਦਨ ਘੱਟ ਸੀ ਉਹਦੀ, ਹੁਣ ਉਹ ਤੋਂ ਦੁੱਗਣੀ ਆਮਦਨ, ਵਧੀਆ ਆਮਦਨ ਹੋ ਰਹੀ ਹੈ, ਵਧੀਆ ਸਾਡੀ ਜ਼ਿੰਦਗੀ ਜਿਉਂ ਰਹੇ ਹਾਂ। ਪੁੰਜ ਲੈਂਡ ਕੰਪਨੀ ਨੂੰ ਸੋਲਰ ਲਗਾਉਣ ਵਾਸਤੇ ਅਸੀਂ ਅੱਜ ਤੋਂ 2 ਸਾਲ ਪਹਿਲਾਂ ਜ਼ਮੀਨ ਦਿੱਤੀ ਸੀ ਅਤੇ ਹੁਣ ਵਧੀਆ ਕਰਦੇ ਪੰਜਾਬ ਸਰਕਾਰ ਦਾ ਅਤੇ ਪੁੰਜ ਲੈਂਡ ਕੰਪਨੀ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿਹੜਾ ਐਗਰੀਮੈਂਟ ਤਹਿਤ ਸਾਨੂੰ ਪੈਸਾ ਮਿਲਦਾ ਉਹ ਲਗਾਤਾਰ 1 ਨੰਬਰ 'ਚ ਮਿਥੀ ਹੋਈ ਡੇਟ ਮੁਤਾਬਕ ਮਿਲ ਰਿਹਾ ਜੀ। ਸਾਡੀ ਜ਼ਮੀਨ ਜੀ 4.5 ਏਕੜ ਜ਼ਮੀਨ ਅਸੀਂ ਸੋਲਰ ਪਲਾਂਟ ਦਿੱਤੀ ਹੋਈ ਹੈ, ਜਿਹੜਾ ਕਿ ਸਾਨੂੰ 50,000 ਠੇਕਾ ਪੁੰਜ ਲੈਂਡ ਕੰਪਨੀ ਦੇ ਰਹੀ ਹੈ। ਆਏ ਸਾਲ 5% ਵਧਾ ਕੇ ਦਿੰਦੀ ਹੈ, ਜਿਹਦਾ ਕਿ ਅਸੀਂ ਠੇਕੇ 'ਤੇ ਜ਼ਮੀਨ ਦਿੱਤੀ ਹੋਈ ਹੈ ਕੰਪਨੀ ਨੂੰ। ਸਾਨੂੰ ਠੇਕਾ ਹਰ ਟਾਈਮ ਸਹੀ ਤਰੀਕ 'ਤੇ ਸਾਨੂੰ ਮਿਲ ਰਿਹਾ ਹੈ। ਅਸੀਂ ਪਾਰ ਸਿੰਘ ਜੀ, ਇਹ ਜਿਹੜਾ ਸੋਲਰ ਪਲਾਂਟ ਹੈ ਜੀ, ਇਹ ਗਾਮੀ ਵਾਲਾ ਪਿੰਡ ਅਤੇ ਨਾਲ ਹੀ ਨਜ਼ਦੀਕੇ ਸਾਥੀ ਪਿੰਡ ਹਾਕਮ ਵਾਲਾ ਜੀ, ਜਿਹਦੇ ਦੋਨੇ ਪਿੰਡਾਂ ਦੇ ਸਾਂਝੇ ਹਾਊਸ ਦੇ ਵਿੱਚ ਇਹ 216 ਏਕੜ ਦੇ ਵਿੱਚ ਸੋਲਰ ਪਲਾਂਟ ਲੱਗਿਆ ਹੋਇਆ ਜੀ। ਇਹ ਸੋਲਰ ਪਲਾਂਟ ਦਾ ਸਾਨੂੰ ਪਹਿਲਾਂ ਤਾਂ ਇਸ ਬਾਰੇ ਸਾਨੂੰ ਕੋਈ ਪਤਾ ਹੀ ਨਹੀਂ ਸੀਗਾ, ਪਹਿਲਾਂ ਸਾਡੇ ਲੋਕ ਇਸ ਤੋਂ ਕੰਨੀ ਵੀ ਕਤਰਾਉਂਦੇ, ਪਰ ਜਦੋਂ ਦਾ ਪੰਜਾਬ ਸਰਕਾਰ ਨੇ ਇਹ ਪਰਾਲੇ ਨਾਲ ਪੰਜਾਬ ਦੇ ਵਿੱਚ ਸੋਲਰ ਪਲਾਂਟ ਲਿਆਉਂਦੇ ਨੇ ਜੀ, ਉਦੋਂ ਤੋਂ ਜਦੋਂ ਇਹ ਲੱਗਿਆ ਸਾਡੇ ਕਿਸਾਨ ਖੁਸ਼ਹਾਲ, ਇਹਨਾਂ ਨੂੰ ਠੇਕਾ ਵੱਧ ਆਉਂਦਾ ਜੀ, ਮਜ਼ਦੂਰਾਂ ਨੂੰ ਮਜ਼ਦੂਰੀ ਮਿਲਦੀ ਹੈ। ਵੱਡੀ ਗੱਲ ਇਹ, ਸਾਡੀ ਪੰਚਾਇਤਾਂ ਨੂੰ ਵੀ ਗਾਮੀ ਵਾਲਾ ਅਤੇ ਹਾਕਮ ਵਾਲੇ ਨੂੰ ਵੀ ਇਹ ਨਾਲ ਸਾਨੂੰ ਸਾਥ ਦਿੰਦੇ ਨੇ, ਜਿਵੇਂ ਕਿ ਸਾਨੂੰ ਇਹਨਾਂ ਨੇ ਬਹੁਤ ਸਾਰੇ ਲਾਈਟਾਂ ਨੂੰ ਵੀ ਹਾਂ ਕੀਤੀ ਹੈ ਜੀ, ਬਾਕੀ ਸਾਨੂੰ ਇਹਨਾਂ ਨੇ ਪਾਣੀ ਵਾਸਤੇ ਵਾਟਰ ਨਾ ਹੁੰਦੀ ਸੀ, ਇਹ ਜ਼ਮੀਨਾਂ ਸੀ ਜਿਹੜੀਆਂ ਸੋਕੇ ਨਾਲ ਮਾਰੀਆਂ ਜਾਂਦੀਆਂ ਸੀ। ਸਾਡੇ ਜਿਹੜੇ ਕਿਸਾਨ ਸੀ ਇਹ 2-3 ਪਿੰਡਾਂ ਦੇ, ਇਹ ਸੋਕੇ ਦੇ ਡੋਬੇ ਦੇ ਵਿੱਚ ਦੋਨੇ ਆਉਂਦੇ ਸੀ। ਜਦੋਂ ਦੀ ਪੁੰਜ ਲਾਈਟ ਕੰਪਨੀ ਆਈ ਹੈ ਉਦੋਂ ਦਾ ਸਾਨੂੰ ਨਾ ਡੋਬੇ ਕੂਲਰ ਦਿੱਤੇ ਨੇ, ਸਾਡੇ ਪਿੰਡਾਂ ਨੂੰ ਵੀ ਇਹਨਾਂ ਦਾ ਬਹੁਤ ਸਹਾਇਕ ਹੈ ਜੀ, ਬਾਕੀ ਸਿਰੇ ਸਾਡੇ ਮਜ਼ਦੂਰਾਂ ਨੂੰ ਕੰਮ ਮਿਲਦਾ ਹੈ ਜੀ, ਕਿਸਾਨ ਬਹੁਤ ਖੁਸ਼ਹਾਲ ਨੇ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ। ਇਹ ਟੇਲਾਂ 'ਤੇ ਹੋਣ ਕਰਕੇ ਪਿੰਡ ਇਹ, ਜੇ ਤਾਂ ਬਾਰਿਸ਼ ਜ਼ਿਆਦਾ ਹੋ ਜਾਂਦੀ ਸੀ ਤਾਂ ਇਹ ਡੋਬੇ ਨਾਲ ਮਾਰੀ ਜਾਂਦੀ, ਫਸਲਾਂ ਪਾਣੀ ਨਾਲ ਮਾਰੀਆਂ ਜਾਂਦੀਆਂ, ਜੇਕਰ ਬਾਰਿਸ਼ ਨਾ ਹੁੰਦੀ ਸੀ ਇਹ ਜ਼ਮੀਨਾਂ ਸੀ ਜਿਹੜੀਆਂ ਸੋਕੇ ਨਾਲ ਮਾਰੀਆਂ ਜਾਂਦੀਆਂ ਸੀ। ਸਾਡੇ ਜਿਹੜੇ ਕਿਸਾਨ ਸੀ ਇਹ 2-3 ਪਿੰਡਾਂ ਦੇ, ਇਹ ਸੋਕੇ ਦੇ ਡੋਬੇ ਦੇ ਵਿੱਚ ਦੋਨੇ ਆਉਂਦੇ ਸੀ। ਜਦੋਂ ਦੀ ਪੁੰਜ ਲਾਈਟ ਕੰਪਨੀ ਆਈ ਹੈ ਉਦੋਂ ਦਾ ਸਾਨੂੰ ਨਾ ਡੋਬੇ ਦਾ ਡਰ ਹੈ ਜੀ, ਨਾ ਸੋਕੇ ਦਾ ਡਰ ਹੈ। ਜਿਹੜੀ ਸਾਡੀ 216 ਏਕੜ ਜ਼ਮੀਨ ਸਾਡੇ ਦੋਨਾਂ ਪਿੰਡਾਂ ਦੀ ਇਹ ਇਸ ਵਿੱਚ ਆਈ ਹੈ, ਸਾਨੂੰ ਇਹਦਾ 5% ਹਰ ਸਾਲ ਵਾਧੇ ਨਾਲ ਸਰਕਾਰ ਉਸੇ ਤਰੀਕ 'ਤੇ ਪੁੰਜ ਲਾਈਟ ਕੰਪਨੀ ਜਿਹੜੀ ਡੇਟ ਬਣਦੀ ਹੈ ਉਸੇ ਡੇਟ 'ਤੇ ਸਾਨੂੰ ਚੈੱਕ ਰਾਹੀਂ ਬੈਂਕਾਂ ਤੋਂ ਪੇਮੈਂਟ ਕਰਵਾ ਰਹੀ ਹੈ ਜੀ। ਅਸੀਂ ਇਸ ਪੰਜਾਬ ਸਰਕਾਰ ਦਾ, ਮਜੀਠੀਆ ਸਾਹਿਬ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਇਹੋ ਜਿਹੇ ਉਪਰਾਲੇ ਸਾਡੇ ਕਿਸਾਨਾਂ ਲਈ ਅਤੇ ਗਰੀਬ ਮਜ਼ਦੂਰਾਂ ਲਈ, ਹੋਰ ਵੀ ਉਪਰਾਲੇ ਇਹਨਾਂ ਨੂੰ ਸਰਕਾਰ ਨੂੰ ਕਰ। ਮਾਨਸਾ ਤੋਂ ਅਮਰਜੀਤ ਸਿੰਘ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।